ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਅਸੀਂ ਪੱਗ ਬਣਨ ਵਾਲੀ ਆ। ਅਗਰ ਤੁਸੀਂ ਵੀ ਇਹ ਪੱਗ ਬਣਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਣਾ ਨਾ ਭੁੱਲਿਓ। ਅਗਰ ਵੀਡੀਓ ਐਂਡ ਤੱਕ ਦੇਖ ਲੈਂਦੇ ਹੋ ਤਾਂ ਤੁਸੀਂ ਵੀ ਇਹ ਪੱਗ ਬਣ ਲਓਗੇ। ਅਤੇ ਪੱਗ ਕਿੱਦਾਂ ਦੀ ਲੱਗੀ ਅਤੇ ਕਮੈਂਟ ਕਰਨਾ ਨਾ ਭੁੱਲਿਓ। ਅਤੇ ਲਾਈਕ ਐਂਡ ਸਬਸਕ੍ਰਾਈਬ ਕਰਕੇ ਹੀ ਜਾਇਓ ਚੈਨਲ ਨੂੰ। ਇਸ ਚੈਨਲ 'ਤੇ ਪੱਗ ਦੇ ਰਿਲੇਟਿਡ ਵੀਡੀਓ ਆਉਂਦੀਆਂ ਰਹਿੰਦੀਆਂ ਨੇ। ਅਗਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਨਾ ਨਾ ਭੁੱਲਿਓ। ਅਤੇ ਮਿਲਦੇ ਆ, ਅਤੇ ਵੀਡੀਓ ਨੂੰ ਪੂਰਾ ਵਾਚ ਕਰੋ। ਅਗਰ ਤੁਸੀਂ ਵੀਡੀਓ ਨੂੰ ਵਾਚ ਕਰਦੇ ਹੋ ਤਾਂ ਤੁਹਾਡੀ ਵੀਡੀਓ ਮਤਲਬ ਤੁਸੀਂ ਪੱਗ ਬਣਨੀ ਸਿੱਖ ਜਾਓਗੇ। ਅਤੇ ਮਿਲਦੇ ਆ ਕੋਈ ਚੰਗੀ ਜੀ ਵੀਡੀਓ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਸਾਰੇ ਵਧੀਆ ਹੋਗੇ? ਅਤੇ ਉਮੀਦ ਕਰਦਾ ਸਾਰੇ ਵਧੀਆ ਹੋਗੇ। ਅਤੇ ਅੱਜ ਅਸੀਂ ਪੱਗ ਦਾ ਟਟੋਰੀ ਲੈ ਕੇ ਅੱਜ ਕੇ ਤੁਹਾਡੇ ਲਈ ਵਾਪਸ ਫੇਰ ਤੋਂ। ਅਤੇ ਅੱਜ ਸਾਡੀ ਪੱਗ ਆਉਣ ਵਾਲੀ ਹੈ ਬਲੂ ਕਲਰ ਦੀ ਪੱਗ ਆਉਣ ਵਾਲੀ ਹੈ ਇੱਥੇ। ਅਤੇ ਇੱਕ ਲੜ ਦੇ ਵਿੱਚੋਂ ਤਿੰਨ ਲੜ ਕਿੱਦਾਂ ਪਾਈਏ? ਵੱਟਾਂ ਵਾਲੀ ਪੱਗ ਆਉਣ ਵਾਲੀ ਹੈ, ਮਤਲਬ ਕਿ ਇੱਕ ਲੜ ਦੇ ਵਿੱਚੋਂ ਤਿੰਨ ਲੜ ਅਸੀਂ ਕੱਢਾਂਗੇ ਇਸ ਵਾਰੀ ਇਸ ਪੱਗ ਦੇ ਉੱਤੇ। ਤਕਰੀਬਨ 7.5 ਮੀਟਰ ਦੀ ਪੱਗ ਹੋਣ ਵਾਲੀ ਹੈ ਇੱਥੇ। ਉਮੀਦ ਕਰਦੇ ਹਾਂ ਸਾਰਿਆਂ ਨੂੰ ਵਧੀਆ ਲੱਗੂਗੀ। ਅਗਰ ਵਧੀਆ ਲੱਗੀ ਤਾਂ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਤੇ ਐਂਡ ਤੱਕ ਵੀਡੀਓ ਦੇ ਜ਼ਰੂਰ ਬਣੇ ਰਹੋ। ਅਗਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰ ਦਿਓ, ਸ਼ੇਅਰ ਕਰ ਦੇਣਾ। ਅਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਪਹਿਲਾਂ ਕਰਾਂਗੇ ਬੇਸ ਅਤੇ ਬੇਸ ਤੋਂ ਬਾਅਦ ਮਿਲਦੀ ਹੈ ਤੁਹਾਨੂੰ। ਬੇਸ ਸਾਡਾ ਹੋ ਚੁੱਕਿਆ ਇੱਥੇ ਰੈਡੀ, ਤੁਹਾਡੇ ਸਾਹਮਣੇ ਵੀ ਬੇਸ ਦੇਖ ਸਕਦੇ ਹੋ। ਅਗਰ ਬੇਸ ਦੀ ਵੀਡੀਓ ਅਗਰ ਤੁਸੀਂ ਚਾਹੁੰਦੇ ਹੋ ਤਾਂ ਬੇਸ ਲਈ ਵੀਡੀਓ ਮੈਂ ਅਲੱਗ ਤੋਂ ਟਾਈਪ 'ਤੇ ਪਾਵਾਂਗਾ, ਕਿਉਂਕਿ ਬੇਸ ਪਾ ਮਗਰ ਮੈਂ ਬੇਸ ਦੀ ਵੀਡੀਓ ਬਣਾ ਲੈਂਦਾ ਤਾਂ ਟਾਈਮ ਥੋੜ੍ਹਾ ਜ਼ਿਆਦਾ ਲੱਗ ਜਾਂਦਾ ਸੀ ਪੱਗ ਨੂੰ। ਇਸ ਕਰਕੇ ਇਹਦਾ ਸਮੇਂ ਨਾਲ ਲੈਂਦੇ ਹੋਏ ਅਸੀਂ ਕਰਾਂਗੇ ਪੌਣੀ, ਪੌਣੀ ਤੋਂ ਬਾਅਦ ਮਿਲਦੇ ਆ। ਅਗਰ ਪੌਣੀ ਦੀ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਕਰਦੇ ਹੋ ਅਤੇ ਪੌਣੀ ਦੀ ਵੀਡੀਓ ਆ ਜਾਊਗੀ, ਕਰਦੇ ਹਾਂ ਪੌਣੀ, ਫਿਰ ਮਿਲਦੇ ਆ। ਐਕਚੁਅਲੀ ਗੱਲ ਕੀ ਹੁੰਦੀ ਹੈ, ਜਦੋਂ ਵੀ ਅਸੀਂ ਪੱਗ ਬੰਨਦੇ ਹਾਂ ਥੋੜ੍ਹੀ ਪੱਗ ਅਸੀਂ ਅਗਰ ਗਿੱਲੀ ਕਰ ਲੈਂਦੇ ਤਾਂ ਪੱਗ ਥੋੜ੍ਹੀ ਮਤਲਬ ਕਿ ਟਾਈਟ ਹੋ ਜਾਂਦੀ ਹੈ। ਟਾਈਟ ਕਰਨ ਅਸੀਂ ਪੱਗ ਸਾਡੀ ਟਾਈਟ ਕਿਉਂ ਹੁੰਦੀ ਹੈ? ਬੰਨਦੇ ਅਸੀਂ ਢਿੱਲੀ ਹਾਂ ਪਰ ਟਾਈਟ ਕਿਉਂ ਹੋ ਜਾਂਦੀ ਹੈ? ਟਾਈਟ ਇਸ ਕਰਕੇ ਹੁੰਦੀ ਹੈ ਅਸੀਂ ਪੱਗ ਗਿੱਲੀ ਕਰਕੇ ਬੰਨਦੇ ਹਾਂ। ਫੁੱਲ ਬੋਇਲ ਕੱਪੜਾ ਹੈਗਾ ਜੀ ਇਹ ਸਾਡੇ ਕੋਲ, ਇਹਨੂੰ ਬੰਨ ਕੇ ਤੁਹਾਨੂੰ ਦਿਖਾਉਣ ਲੱਗਿਆ। ਐਂਡ ਤੱਕ ਜ਼ਰੂਰ ਬਣ ਲਿਓ ਅਤੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਪਹਿਲੇ ਲੜ ਉਤਰੇ ਰੱਖ ਲੈਣਾ, ਜਿਹੜਾ ਕਿ ਲਾਸਟ ਵਾਲਾ ਲੜ ਪੂਰਾ ਆ ਜਾਏ ਤਾਂ ਵੱਡਾ। ਮੈਨੂੰ ਪਤਾ ਕਿ ਮੈਂ ਕਿੰਨਾ ਰੱਖਣਾ ਇਹਨੂੰ, ਮੈਂ ਪਹਿਲਾਂ ਵੀ ਬੰਨ੍ਹ ਕੇ ਪਹਿਲਾਂ ਟਰਾਈ ਕੀਤਾ, ਫਿਰ ਮੈਂ ਵੀਡੀਓ ਲੈ ਕੇ ਆਇਆ। ਪਹਿਲੇ ਲੜ ਨੂੰ ਕੁਝ ਨਹੀਂ ਕਰਨਾ, ਬਿਲਕੁਲ ਪ੍ਰੋਪਰ ਸ਼ੇਪ ਦੇ ਕੇ ਤੁਸੀਂ ਸਿੰਗਲ ਦੇ ਵਿੱਚ ਹੀ ਪਾਉਣਾ, ਜਿੰਨਾ ਮਤਲਬ ਕਿ ਦੇਖ ਸਕਦੇ ਹੋ ਅੱਖ ਦੇ ਸ਼ੇਪ, ਕੰਨੀ ਬਿਲਕੁਲ ਨੇੜੇ। ਇਹਨੂੰ ਜ਼ਿਆਦਾ ਖੋਲ੍ਹਣਾ ਨਹੀਂ, ਚਾਰ ਉਂਗਲੀ ਨਾਲ ਲੜ ਖੋਲ੍ਹਣਾ ਹੈ ਜੀ। ਗੱਲ ਇੱਥੇ ਆਉਂਦੀ ਹੈ ਜੀ, ਪੱਗ ਲੈ ਅਸੀਂ ਬੰਨਦੇ ਹਾਂ, ਪਹਿਲਾਂ ਇਹਨੂੰ ਮਾਰ ਲੈਣਾ। ਹੁਣ ਇੱਥੇ ਗੱਲ ਹੈ, ਲੜ ਸਾਡੇ ਇੱਥੇ ਬਣਨੇ ਆ, ਕਿਤੇ ਕੁਝ ਨਹੀਂ ਕਰਨਾ। ਵੀਡੀਓ ਹੋੜੀ ਆਈ ਹੋ ਭੱਜੀ ਹੋ ਜਾਊਗੀ, ਪਰ ਪੱਗ ਬਣ ਅਗਰ ਤੁਸੀਂ ਦੇਖ ਲੈਂਦੇ ਹੋ ਐਂ ਤੱਕ ਤਾਂ ਤੁਸੀਂ ਪੱਗ ਬਣ ਨਹੀਂ ਸਿੱਖ ਜਾਓਗੇ। ਇਹਨੂੰ ਜਿੰਨਾ 5 ਉਂਗਲਾਂ ਦੇ ਹਿਸਾਬ ਨਾਲ ਨਹੀਂ ਖੋਲ੍ਹਣਾ, ਜ਼ਿਆਦਾ ਨਹੀਂ ਖੋਲ੍ਹਣਾ। ਅਗਰ ਤੁਸੀਂ ਪੱਗ ਨੂੰ ਜ਼ਿਆਦਾ ਖੋਲ੍ਹ ਲੈਂਦੇ ਹੋ ਤਾਂ ਤੁਹਾਨੂੰ ਬੰਨਣ 'ਚ ਦਿੱਕਤ ਹੋਣੀ ਹੈ। ਪੱਗ ਹੋਣ ਵਾਲੀ ਹੈ ਨਾ, ਬਿਲਕੁਲ ਅੱਟ ਪੱਗ ਹੋਣ ਵਾਲੀ ਹੈ, ਐਂ ਤੱਕ ਬਣੇ ਰਹੋ। ਦੇਖੋ 5 ਉਂਗਲੀ ਰੱਖਣੀ ਹੈ, ਜ਼ਿਆਦਾ ਨਹੀਂ ਖੋਲ੍ਹਣਾ ਇਹਨੂੰ, ਇਸ ਨਾਲ ਰੱਖਣਾ ਬਸ 5 ਉਂਗਲੀ ਸਿੱਧੇ ਆ ਜਾਏ। ਵੀਡੀਓ ਮੈਂ ਬਹੁਤ ਪਾ ਰਿਹਾ ਤੁਸੀਂ ਬਟ ਵੇਖ ਨਹੀਂ ਰਹੇ, ਲਾਈਕ ਐਂਡ ਸਬਸਕ੍ਰਾਈਬ ਨਹੀਂ ਕਰ ਰਹੇ।
ਪੱਗ ਨੂੰ ਪ੍ਰੋਪਰ ਸ਼ੇਪ ਦਿੱਤੀ ਆ ਰਹੀ ਹੈ। ਅਤੇ ਲਾਸਟ ਲੜ ਇੱਦਾਂ ਮਾਰਨਾ ਕਿ ਪੱਗ ਪੂਰੀ ਤੁਹਾਡੀ ਦਸਤਾਰ ਜਿੰਨੀ ਵੀ ਵਧੀਆ ਵੱਜੀ ਹੋਵੇ ਸਜੇ। ਪਹਿਲਾਂ ਨਹੀਂ ਤਾਂ 30 ਦਿਨ ਦਾ ਯੂਜ ਕਰ ਰਿਹਾ ਸੀ। ਮੈਂ ਦੋ ਲੈ ਲਈਆਂ। ਇਸ ਲਾਸਟ ਲੜ ਨਾਲ ਤੁਹਾਡੀ ਪੱਗ ਸਜਣੀ ਹੈ ਜਿੰਨੀ ਸਜਣੀ ਹੈ ਦਸਤਾਰ। ਇਸ ਕਰਕੇ ਲਾਸਟ ਲੜ ਨੂੰ ਇਤਨਾ ਬਿਹਤਰੀਨ ਕਰਕੇ ਮਾਰੋ ਨਾ, ਕਿਉਂਕਿ ਮੈਂ ਸਿੱਧਾ ਹੀ ਮਾਰਦਾ ਤਾਂ ਸਿੱਧੀ ਵੀ ਜਚਣੀ ਹੈ, ਪਰ ਮੈਂ ਸਿੱਧੇ ਨਹੀਂ ਲੜ ਨੂੰ ਮਾਰਨਾ। ਮੈਂ ਇਹਨੂੰ ਕਰਨਾ ਮੋਰਨੀ ਲੜ ਦੇ ਵਿੱਚ ਕਨਵਰਟ ਕਰਕੇ ਬੰਨਾਂਗਾ। ਦੇਖਿਓ ਤੁਸੀਂ ਕਿੰਨੀ ਸਹੀ ਜਚਣੀ ਹੈ ਪੱਗ ਦਾ ਲੜ ਲਾਸਟ ਲਾ। ਦੇਖੋ ਜੀ ਲਾਸਟ ਲੜ ਦੀ ਗੱਲ ਹੁੰਦੀ ਹੈ ਸਾਰੀ, ਅਗਰ ਤੁਸੀਂ ਲਾਸਟ ਲੜ ਨਹੀਂ ਸਹੀ ਮਾਰਦੇ ਪੱਗ ਤਾਂ ਵੱਡੀ ਸਜਣੀ ਨਹੀਂ। ਜਿਹੜਾ ਮੈਂ ਬੇਸ ਰੱਖਿਆ ਸੀ ਉਸ ਕਾਰਨ ਮੇਰੀ ਪੱਗ ਥੋੜ੍ਹੀ ਮਤਲਬ ਕਿ ਇਸ ਸਾਈਡ ਥੋੜ੍ਹੀ ਮੋਟੀ ਦਿਖ ਰਹੀ ਹੈ, ਇਸ ਕਰਕੇ ਜਿਹਦੇ ਵੀਰ ਦੇ ਕੇਸ ਛੋਟੇ ਹੁੰਦੇ ਹੈ ਨਾ ਉਹਦੇ ਲਈ ਤਾਂ ਬੇਸ ਰੱਖਣਾ ਬਹੁਤ ਜ਼ਰੂਰੀ ਹੈ। ਅਤੇ ਛੱਤ ਦੀ ਗੱਲ ਕਰੀਏ ਤਾਂ ਛੱਤ ਪਾ ਕੇ ਦੋ ਫੜਨੇ ਤੁਹਾਨੂੰ, ਛੱਤ ਤਾਂ ਨਾਰਮਲੀ ਤਰੀਕੇ ਦੇ ਨਾਲ ਹੀ ਪੈ ਜਾਊਗਾ। ਅਤੇ ਪੱਗ ਦੀ ਗੱਲ ਕਰੀਏ ਤਾਂ ਪੱਗ ਦੇ ਇੱਥੇ ਵਧੀਆ ਵੱਜੀ ਹੈ ਬਿਲਕੁਲ। ਅਗਰ ਤੁਸੀਂ ਉਹ ਥੋੜ੍ਹੀ ਉੱਪਰ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ, ਕਿਉਂਕਿ ਜਿੰਨੀ ਥੱਲੇ ਬੰਨੋਗੇ ਨਾ ਉਤਨੀ ਪੱਗ ਤੁਹਾਡੀ ਸਜਣੀ ਹੈ। ਦੇਖ ਲਓ ਦੇਖ ਲਓ ਅਤੇ ਉਮੀਦ ਕਰਦੇ ਹਾਂ ਪੱਗ ਤੁਹਾਨੂੰ ਵਧੀਆ ਲੱਗੀ ਹੋਊਗੀ। ਅਤੇ ਲਾਈਕ ਐਂਡ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ, ਅਤੇ ਸ਼ੇਅਰ ਕਰ ਦਿਓ ਜਿੰਨਾ ਹੋ ਸਕਦਾ ਸ਼ੇਅਰ ਕਰ ਦਿਓ, ਕਮੈਂਟ ਕਰਨਾ ਨਾ ਭੁੱਲਿਓ। ਨੈਕਸਟ ਵੀਡੀਓ ਜਲਦੀ ਆਊਗੀ, ਤਬ ਤੱਕ ਕੇ ਲਈ ਵੀਡੀਓ ਨੂੰ ਵਾਚ ਕਰੋ, ਲਾਈਕ ਐਂਡ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਨੈਕਸਟ ਜੀ ਕੋਈ ਚੰਗੀ ਜੀ ਵੀਡੀਓ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।